ਦਰਮਿੰਦਰ ਸਿੰਘ ਜੀ, ਤੁਹਾਡਾ ਪਿੰਡ ਦੇ ਵਿੱਚ ਕਿੰਨੀ ਕੁ ਆਬਾਦੀ ਹੈ, ਕਿੰਨੀਆਂ ਵੋਟਾਂ ਵੋਟਾਂ ਦੇ ਬਾਰੇ ਕੋਈ ਜਾਣਕਾਰੀ ਹੈ? ਆਬਾਦੀ 11 ਔਰ 12 ਦੇ ਵਿੱਚ ਜੀ, ਵੋਟਾਂ ਤਕਰੀਬਨ 1000 ਕੁ ਹੈਗੀ ਆ, ਅਤੇ ਜਿਹਦੇ ਵਿੱਚੋਂ ਭੋਗ ਦੀਆਂ ਅਤੇ ਤਕਰੀਬਨ 80% ਹੋ ਗਈਆਂ ਜੀ। ਅਤੇ ਤੁਹਾਡੇ ਪਿੰਡਾਂ ਦੇ ਵਿੱਚ ਜਿਹੜੀਆਂ ਪੰਚਾਇਤ ਦੀਆਂ ਚੋਣਾਂ ਸਰਵ ਸਮਤੀਆਂ ਹੁੰਦੀਆਂ ਕਿ ਵੋਟਾਂ ਪੈਂਦੀਆਂ? ਨਹੀਂ, ਵੋਟਾਂ ਤਾਂ ਇੱਕ ਵਾਰੀ ਹੋਈ ਸਾਰਸ਼ਨ ਦੀ, ਠੀਕ ਹੈ, ਅਤੇ ਨਹੀਂ ਤਾਂ ਹਾਲੇ ਵੋਟਾਂ ਹੀ ਪੈਂਦੀਆਂ। ਸਾਡਾ ਇਰਾਦਾ ਹੈ ਕਿ ਸ਼ਾਇਦ ਸਾਰਸ਼ਨ ਦੀਆਂ ਕਰਵਾ ਦਿੰਦੇ। ਠੀਕ ਹੈ ਜੀ। ਅਤੇ ਤੁਹਾਡੇ ਪਿੰਡ ਦੇ ਵਿੱਚ ਕੁਛ ਏਰੀਏ ਦੇ ਵਿੱਚ ਸੀਵਰੇਜ ਵੀ ਪਿਆ ਹੋਇਆ, ਇਹ ਲੋਕਾਂ ਦਾ ਆਪਦਾ ਪ੍ਰਾਹੁਣਾ ਜਾਂ ਕੋਈ ਸਰਕਾਰ ਨੇ ਕਰ ਦਿੱਤੀ? ਦਿੱਤੀ ਮਦਦ ਥੋੜ੍ਹੀ ਸਰਕਾਰ ਨੇ ਦਿੱਤੀ ਆ, ਲੋਕਾਂ ਨੇ ਆਪ ਵੀ ਆਪਣਾ ਪ੍ਰਾਹੁਣਾ ਕੀਤਾ। ਠੀਕ ਹੈ। ਅਤੇ ਹਾਲੇ ਕੰਮ ਰਹਿੰਦਾ ਹੈ ਕੰਮ। ਅਤੇ ਦੁਆਬੇ ਦੇ ਸਾਰੇ ਪਿੰਡਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਸਾਡੇ ਵਿਦੇਸ਼ਾਂ ਦੇ ਵਿੱਚ ਗਏ ਆ, ਉਹ ਵੀ ਪਿੰਡਾਂ ਦੇ ਵਿੱਚ ਕਾਫੀ ਜਿਹੜੇ ਕੰਮ ਕਰਵਾ ਰਹੇ ਆ। ਤੁਹਾਡੇ ਪਿੰਡ ਦੇ ਹਾਲਾਤ ਕਿਹੋ ਜਿਹੇ, ਕਿੰਨੇ ਲੋਕ ਵਿਦੇਸ਼ਾਂ ਜਾਂਦੇ? ਅਸੀਂ ਕਰਵਾ ਰਹੇ ਹਾਂ ਜੀ, ਇੱਕ 9 ਵਿਧਾਨ ਸਭਾ ਬਣਾਉਣੀ ਆ, ਅਤੇ ਉਹ ਬਣਾ ਕੇ ਅਤੇ ਅਸੀਂ ਅਲੱਗ ਆਪਣਾ ਉਹਦਾ ਪਿੰਡ ਦਾ ਸੁਧਾਰ ਕਰਨ ਦਾ ਇਰਾਦਾ। ਕਿਉਂਕਿ ਬਹੁਤ ਸਾਰੇ ਸਾਨੂੰ ਪਿੰਡਾਂ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਵਾ, ਅਤੇ ਹੁਣ ਲੋਕਾਂ ਨੇ ਸਰਕਾਰਾਂ ਤੋਂ ਬਹੁਤੀ ਜਿਹੜੀ ਝਾੜ ਛੱਡਤੀ ਆ, ਅਤੇ ਆਪਣੇ ਤੌਰ 'ਤੇ ਹੀ ਜਿਹੜੇ ਵਿਕਾਸ ਦੇ ਕਾਰਜਾਂ ਕਰਵਾ ਰਹੇ ਆ, ਅਤੇ ਉਹ ਪੂਰੇ ਕਾਮਯਾਬ ਵੀ ਹੋ ਰਹੇ ਆ। ਬਹੁਤ ਸਾਰੇ ਪਿੰਡਾਂ ਦੇ ਵਿੱਚ ਲਗਭਗ ਸੰਤ ਬਲਵੀਰ ਸਿੰਘ ਜੀ ਸੀਚੇਵਾਲ ਵਾਲਿਆਂ ਦੀ ਅਗਵਾਈ ਦੇ ਵਿੱਚ ਹੀ 100 ਪਿੰਡ ਤੋਂ ਵੱਧ ਦੇ ਵਿੱਚ ਜਿਹੜਾ ਸੀਵਰੇਜ ਪੈ ਚੁੱਕਿਆ। ਅਤੇ ਕਈ ਵਾਰ ਹੁੰਦਾ ਕਿ ਆਪਾਂ ਜਿਹੜੀ ਟੈਕਨੀਕ ਆ ਉਹ ਜਿਹੜੀ ਵਿਦੇਸ਼ਾਂ ਦੀ ਵਰਤਦੇ ਹਾਂ, ਆਪਣੇ ਹਾਲਾਤਾਂ ਦੇ ਮੁਤਾਬਕ ਨਹੀਂ ਹੁੰਦੀ, ਅਤੇ ਜਿਹੜੇ ਆਪਣੇ ਦੇਸ਼ ਦੇ ਹਾਲਾਤ ਦਾ ਆਪਣੇ ਜਿਹੜੇ ਲੋਕਾਂ ਦੀ ਮਾਨਸਿਕਤਾ ਜੀ, ਉਹਦੇ ਮੁਤਾਬਕ ਆਪਾਂ ਸੀਵਰੇਜ ਪਾਈਏ ਜਾਂ ਹੋਰ ਵਿਕਾਸ ਕਰੀਏ ਅਤੇ ਜ਼ਿਆਦਾ ਕਾਮਯਾਬ ਹੁੰਦੇ।